ਮੇਰੇ ਘਰ ਪਹਿਲੀ ਵਾਰੀ ਮਿਲੇ ਤਾਂ ਮੈਂ ਤਾਂ ਮੈਨੂੰ ਪਤਾ ਲੱਗਿਆ ਕਿ ਪੋਲੀਟਿਕਸ ਕੀ ਹੁੰਦਾ, ਮੈਨੂੰ ਐਮ ਐਲ ਏ ਕੀ ਹੁੰਦਾ, ਐਮ ਪੀ ਕੀ ਹੁੰਦਾ ਨਹੀਂ ਪਤਾ ਸੀ। ਮੈਂ ਆਪਣੀ ਫਿਲਮ ਲਾਈਨ 'ਚ ਇੰਨਾ ਗੁੰਮ ਸੀ ਕਿ ਮੈਨੂੰ ਕੋਈ ਜ਼ਰੂਰਤ ਹੀ ਨਹੀਂ, ਇੰਨਾ ਨਸ਼ਾ ਸੀ ਮੈਂ ਲੱਭ ਦਿੱਤਾ ਆਪਣਾ। ਜਦ ਇਹਨਾਂ ਨੇ ਕਿਹਾ ਜੀ ਉੱਥੋਂ ਤੁਹਾਨੂੰ ਇਲੈਕਸ਼ਨ ਲੜਨਾ ਪਊ, ਮੰਨ ਗਿਆ ਮੈਂ, ਨਖੋਦਰ ਲਿਆ। ਅਤੇ ਮੈਂ ਕਿਹਾ ਜੀ ਕਿੱਥੋਂ? ਉਹ ਕਹਿੰਦੇ ਜੀ ਪੰਜਾਬ ਤੋਂ। ਹੋਰ ਕਿੱਥੋਂ? ਮੈਂ ਕਿਹਾ ਜੀ ਪੰਜਾਬ ਤੋਂ ਕਿੱਥੋਂ? ਕਹਿੰਦੇ ਜੀ ਪਟਿਆਲੇ ਤੋਂ। ਮੈਂ ਕਿਹਾ ਪਟਿਆਲੇ ਤੋਂ? ਅਮਰਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਮੈਨੂੰ ਰੱਜ ਕੇ ਪਿਆਰ ਕਰਦੇ, ਉਹਨਾਂ ਦੀ ਵਾਈਫ ਮੇਰੀ ਭੈਣ ਲੱਗਦੀ ਹੈ, ਮੈਨੂੰ ਭੈਣ ਵਾਂਗੂ ਮੰਨਦਾ, ਮੈਂ ਉੱਥੋਂ ਨਹੀਂ ਜਾਊਂਗਾ। ਔਰ ਮੈਂ ਪਟਿਆਲੇ ਵਾਲਿਆਂ ਦੀ ਇੱਜ਼ਤ ਕਰਦਾ, ਤੁਹਾਨੂੰ ਵੀ ਯਾਦ ਹੋਏਗਾ, ਇਹ ਪਹਿਲੀ ਹਿੰਦੁਸਤਾਨ ਦੀ ਬੜੀ ਸਟੇਟ ਹੈ ਜਿਹਨੇ ਆਪਣੇ ਆਪ ਨੂੰ ਸਰਦਾਰ ਪਟੇਲ ਨੂੰ ਕਹਿਤਾ ਸੀ ਅਸੀਂ ਹਾਜ਼ਰ ਹਾਂ ਜੀ, ਅੱਜ ਲਓ ਤੁਹਾਡੇ ਹਵਾਲੇ ਕਰਤੀ। ਇੱਦੂ ਵੱਡੀ ਕੀ ਚੀਜ਼ ਹੁੰਦੀ ਆ, ਉਹ ਸਾਡੇ ਮੇਰੇ ਦਿਲ 'ਚ ਬੈਠਾ ਸੀ ਉਹਨਾਂ ਦੀ ਇੱਜ਼ਤ। ਅਤੇ ਫਿਰ ਕਹਿੰਦਾ ਜੀ ਲੁਧਿਆਣੇ, ਉੱਥੋਂ ਕੋਈ ਢਿੱਲੋਂ ਸੀ, ਉਹਨੂੰ ਪਤਾ। ਉਹ ਕਹਿੰਦਾ ਵੀਰ ਜੀ ਮਿਹਨਤ ਨਾਲ ਨਾ ਆਇਆ, ਇੱਥੋਂ ਨਾ ਆਇਆ ਤੁਸੀਂ, ਮਿਹਨਤ ਨਾਲ ਨਾ ਆਇਓ। ਮੈਂ ਕਿਹਾ ਵੀ ਮੈਂ ਨਹੀਂ ਲੜਦਾ, ਮੈਂ ਲੜਨਾ ਨਹੀਂ, ਮੈਂ ਪੰਜਾਬ ਤਾਂ ਜਾਣਾ ਹੀ ਨਹੀਂ। ਫਿਰ ਕਹਿੰਦੇ ਚਲੋ ਜੀ ਉੱਥੇ ਰਾਜਸਥਾਨ। ਮੈਂ ਚਲੋ ਰਾਜਸਥਾਨ ਚਲੋ। ਫਿਰ ਕਹਿੰਦੇ ਕਿੱਥੋਂ? ਮੈਂ ਦੱਸੋ ਕਿਹੜੀ ਜਗ੍ਹਾ। ਉਹ ਸੀਟ ਪਹਿਲਾਂ ਹੀ ਨਾ ਉਹਨਾਂ ਨੇ ਚੂਰੂ ਦੇ ਲਿਆ। ਮੈਂ ਕਿਹਾ ਇੱਥੋਂ ਕੌਣ ਹੈ? ਕਹਿੰਦੇ ਜੀ ਇੱਥੋਂ ਬਲਰਾਮ ਜਾਖੜ ਸਾਹਿਬ ਹੈ। ਮੈਂ ਕਿਹਾ ਮੈਂ ਉਹਨਾਂ ਨੂੰ ਪਿਆਰ ਹੈ ਮੇਰਾ, ਮੇਰੇ ਭਰਾ ਵਰਗਾ, ਮੈਂ ਅਸੀਂ ਇਕੱਠੇ ਬਹਿੰਦੇ ਉੱਥੇ ਸਾਡੇ, ਮੈਂ ਉੱਥੋਂ ਨਹੀਂ ਜਾਊਂਗਾ। ਮੈਂ ਉਹਨਾਂ ਲਈ ਅਗੇਂਸਟ ਕੰਪੇਅਰ ਵੀ ਨਹੀਂ ਕਰਨਾ ਗਿਆ ਉੱਥੋਂ, ਮੰਨ ਗਿਆ ਮੈਂ ਕਰੂੰਗਾ। ਫਿਰ ਬੀਕਾਨੇਰ ਸਿਲੈਕਟ ਹੋਇਆ, ਮੈਨੂੰ ਬੀਕਾਨੇਰ 'ਚ ਲੜਿਆ ਮੈਂ। ਲੋਕਾਂ ਨੇ ਜਿਵੇਂ ਅੱਜ ਜਲੂਸ ਸੀ ਨਾ, ਐਵੇਂ ਸੀ ਲੋਕ, ਲੇਡੀਜ਼ ਨੇ ਆਪਣੀਆਂ ਚੇਨਜ਼ ਲਾ ਕੇ ਮੇਰੇ ਗਲ 'ਚ ਪਾਤੀਆਂ, ਇੰਨਾ ਪਿਆਰ।